ਲਿਆ ਸੈਦਿਆ ਸੁੱਲਾ ਵਾਲਾ ਅਲੀ ਕਾ ਵਸਹਾ ਵੀ ਗਿਆ ਨਬੀ ਅੱਲਾ। ਜਨਾਬ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਨੇ ਦੋਸਤਾਂ ਕੀ ਔਰ ਇਲੈਕਟ੍ਰੋਨਿਕ ਮੀਡੀਆ ਨੇ ਦੋਸਤਾਂ ਮੈਂ ਮਸ਼ਹੂਰ ਹਾਂ ਜਿਨ੍ਹਾਂ ਇੱਥੇ ਮੇਰੀ ਇਹ ਪਲੇਟਫਾਰਮ ਮੁਹੱਈਆ ਕੀਤਾ ਔਰ ਅੱਜ ਆਪਣੇ ਹਾਲਾਤਾਂ ਇਜ਼ਹਾਰ ਕਰਨ ਦਾ ਮੌਕਾ ਦਿੱਤਾ। ਕੁਝ ਚੀਜ਼ਾਂ ਐਸੀਆਂ ਸਨ ਜਿਨ੍ਹਾਂ ਨੇ ਮੈਂ ਵਜ਼ਾਹਤ ਦੇਣਾ ਮੁਨਾਸਬ ਸਮਝਣਾ ਸਾਂ। ਆਵਾਮ ਇਲਾਕਾ ਕੀ ਅਹਿਕਾਮ ਬਾਲਾ ਕੀ ਔਰ ਅਫਸਰਾਂ ਨੇ ਬਾਲਾ ਕੀ ਔਰ ਇੰਤਜ਼ਾਮੀਆਂ ਜ਼ਿਲ੍ਹਾ ਮੀਰਪੁਰ ਔਰ ਤਹਿਸੀਲ ਇੰਤਜ਼ਾਮੀਆਂ ਕੀ ਉਹ ਇਹ ਸੀ ਵੀ ਜਿਹੜਾ ਮਾਮਲਾ ਸਾਡਾ ਇਸ ਤਲਾਅ ਦੇ ਹਵਾਲੇ ਨਾਲ ਬਣਤੇ ਅਸੀਂ ਮਹਿਕਮਾ ਮਾਲ ਨਾਲ ਔਰ ਰਾਜਾ ਰਹਿਮਤੁੱਲਾ ਖਾਨ ਨੇ ਤਾਂ ਸਾਡੇ ਦਰਮਿਆਨ ਕੁਝ ਚੀਜ਼ਾਂ ਪਾਈਆਂ ਜਾਣੀਆਂ ਸਨ ਜਿਸਨੀ ਜ਼ਰੂਰੀ ਸਮਝੀ ਬਈ ਵਜ਼ਾਹਤ ਦਿਆਂ ਮੈਂ ਅਫਸਰਾਂ ਨੇ ਬਾਲਾ ਕੀ ਔਰ ਆਵਾਮ ਇਲਾਕਾ ਕੀ। ਉਸ 'ਚ ਇਹ ਹੈ ਬਈ ਸਾਡਾ ਤਕਰੀਬਨ 3-4 ਸਾਲ ਤੋਂ ਰਾਜਾ ਰਹਿਮਤ ਔਰ ਰਾਜਾ ਕਾਸ਼ ਫਿਰੋਜ਼ ਸਾਹਿਬ ਦੇ ਰਹੇ ਸਨ ਦਰਖਾਸਤਾਂ। ਸੁਪਰੀਮ ਕੋਰਟ ਨੇ ਇੱਕ ਆਰਡਰ ਨਾਲ ਹਵਾਲਾ ਦੇ ਰਹੇ ਸਨ ਬਈ ਉਸ ਨੇ ਤਹਿਤ ਜਨਾਬ ਇਹ ਮਸਮਾਲ ਕੀ ਬਣਨੀ ਆ ਰਕਬਾ ਮਫੀ ਦੇ ਆਮਾ ਹੈ। ਉਸ ਚੀਜ਼ ਦਾ ਸਾਰੀ ਮਦਦ ਨਜ਼ਰ ਰੱਖਾ ਬੇਸ਼ਬਾਦ ਦਫਾ ਬੰਤੀਆਂ ਨਾਲ ਆਪਣੀ ਕਮਿਸ਼ਨ ਮੁਕਰਰ ਹੋਏ। ਉਸ ਤੋਂ ਬਾਅਦ ਮੌਕੇ ਦੀਆਂ ਨਿਸ਼ਾਨਦੇਹੀਆਂ ਹੋਈਆਂ। ਉਸ ਤੋਂ ਬਾਅਦ ਅਤਲ ਵਸਾ ਕੋਸ਼ਿਸ਼ ਕੀਤੀ ਕਿ ਅਸਾਂ ਪੁਰਅਮਨ ਰਿਹਾ ਔਰ ਪੁਰਅਮਨ ਤਰੀਕੇ ਨਾਲ ਅਸਾਂ ਇਸ ਜਦੋਜਹਿਦ ਕੀ ਜਾਰੀ ਰੱਖਿਆ। ਅਲਹਮਦੁਲਿਲਾ ਅੱਲਾ ਨੇ ਜ਼ਾਤ ਨਾਲ ਬੜਾ ਕਰਮ ਹੋਇਆ। ਐਂਡ ਆਫ ਦੀ ਡੇ ਅਸਾਂ ਤੰਗ ਪਈ ਹੈ ਸੁਪਰੀਮ ਕੋਰਟ ਨਾਲ ਹਵਾਲਾ ਰੈਫਰੈਂਸ ਦਿੱਤਾ ਜਾਣਾ ਸੀ। ਅਸਾਂ ਜਨਾਬ ਅਦਾਲਤ ਉਜ਼ਮਾ 'ਚ ਹਾਜ਼ਰ ਹੋਏ ਆਪਣਾ ਵਕੀਲ ਖੜੇ ਕੀਤੇ ਉੱਥੇ ਜਾਈਏ ਅਸਾਂ ਹਾਜ਼ਰ ਹੋਏ। ਉਸ ਤੋਂ ਬਾਅਦ ਜਨਾਬ ਮਹਿਕਮਾ ਮਾਲ ਉਸ ਵਕਤ ਨੇ ਸਨ ਤਕਰੀਬਨ ਚੌਧਰੀ ਅਮਜਦ ਸਾਹਿਬ ਡਿਪਟੀ ਕਮਿਸ਼ਨਰ ਮੀਰਪੁਰ ਉਹਨਾਂ ਨੇ ਮੌਜੂਦਗੀ ਵਿੱਚ ਔਰ ਰਾਜਾ ਰਹਿਮਤ ਸਾਹਿਬ ਨੇ ਮੌਜੂਦਗੀ ਔਰ ਸਰਬਰਾਹੀ ਵਿੱਚ ਇੱਕ ਕਮਿਸ਼ਨ ਤਾਇਨ ਹੋਇਆ ਔਰ ਉਸ ਵਿੱਚ ਇੱਕ 26 ਸਫਾਤ ਨੀ ਰਿਪੋਰਟ ਤਿਆਰ ਹੋਈ ਜਿਹੜੀ ਕਿ ਉਹ ਸੁਪਰੀਮ ਕੋਰਟ ਪੇਸ਼ ਹੋਈ। ਸੁਪਰੀਮ ਕੋਰਟ ਪੇਸ਼ ਹੋਣ ਤੋਂ ਬਾਅਦ ਅਸਾਂ ਵਕੀਲ ਖੜਾ ਕੀਤਾ। ਵਕੀਲ ਖੜਾ ਕਰਨ ਤੋਂ ਬਾਅਦ ਜਨਾਬ ਸਾਡਾ ਇਹ ਆਰਡਰ ਆਇਆ ਜਿਸ ਨੇ ਵਿੱਚ ਉਹਨਾਂ ਆਖਿਆ ਇਹ ਗੱਲ ਐਦਾ ਕਰ ਵੀ ਇਹ ਪੋਜੀਸ਼ਨ ਇਜ਼ ਡਿਫਰੈਂਟ ਹੈ ਇਸ ਕੀ ਚੀਜ਼ ਹੈ ਕਿ ਔਰ ਮੀਰਪੁਰ ਨਾਲ ਜਿਹੜਾ ਵਾਕਿਆ ਸੀ ਮਫਾਦੇ ਆਮਾ ਨਾਲ ਉਸ ਕਾਫੀ ਡਿਫਰੈਂਸ ਪਾਇਆ ਜਾਣਾ। ਲਿਹਾਜ਼ਾ ਇਹ ਮਾਮਲਾਤ ਆਲਰੇਡੀ ਨਿਚਲੀਆਂ ਅਦਾਲਤਾਂ 'ਚ ਚੱਲਣ ਪਏ ਇੰਨਾ ਕਿ ਤੁਸੀਂ ਉੱਥੇ ਕਰੋ। ਅਸਾਂ ਉਸ ਤੋਂ ਬਾਅਦ ਜਨਾਬ ਜਿਸਲੇ ਇਹ ਹੁਕਮ ਆਈ ਗਿਆ ਸਾਡੇ ਕੋਲ ਅਸਾਂ ਉਸ ਤੋਂ ਬਾਅਦ ਤਕਰੀਬਨ 5-6 ਮਹੀਨੇ ਹੋਣੇ ਜਾਣੇ ਉਹ ਇੱਥੇ ਆਰਡਰ ਪਰ ਡੇਟ ਲਿਖੀ ਵੀ ਹੈ ਉਹ ਉਸ ਤੋਂ ਬਾਅਦ ਅਸੀਂ ਨਾ ਤਾਂ ਕੋਈ ਨੋਟਿਸ ਹੈ ਸੁਪਰੀਮ ਕੋਰਟ ਦੀ ਤਰਫੋਂ ਔਰ ਨਾ ਹੀ ਕੋਈ ਔਰ ਇੰਤਜ਼ਾਮੀਆ ਅਸੀਂ ਛੇੜਖਾਨੀ ਕੀਤੀ। ਲੇਕਿਨ ਸੋਚਣ ਦੀ ਬਾਤ ਇਹ ਹੈ ਵੀ ਉਸ ਤੋਂ ਕਬਲ ਦਰਖਾਸਤਬਾਜ਼ੀ ਅਗਰ ਹੋਣੀ ਸੀ ਤਾਂ ਅਸਾਂ ਬਰਦਾਸ਼ਤ ਕਰਨੇ ਸਾਂ। ਨਿਸ਼ਾਨਦੇਹੀ ਮੁਤੱਦਦ ਬਾਅਦ ਇੱਕ ਦਫ਼ਾ ਨਹੀਂ ਹੋਈ ਤਕਰੀਬਨ 15 ਮਰਤਬਾ ਹੋਈ ਹੋਈ ਸੀ। ਠੀਕ ਹੈ ਡੇਲੀ ਫੀਤੇ ਚੁੱਕੇ ਹੋਏ ਪਟਵਾਰੀ ਗਰਦ ਆਪਰੇਸ਼ਨ ਦੇ ਅਸਾਂ ਵੀ ਉਹਨਾਂ ਕਾਪਰੇਟ ਹੀ ਕੀਤਾ। ਅਸਾਂ ਕਈ ਸ਼ਰਪਸੰਦੀ ਨਹੀਂ ਫੈਲਾਈ ਔਰ ਨਾ ਹੀ ਕਿਸੇ ਕਿਸਮ ਨਾਲ ਨੁਕਸਾਨ ਬਣਾਇਆ। ਜਿਸਲੇ ਇਹ ਹੁਕਮ ਹੋਈ ਗਿਆ ਅਸਾਂ ਵਕੀਲ ਖੜਾ ਕੀਤਾ ਅਸਾਂ ਸਾਰੇ ਸਵੈਦਪੋਸ਼ ਔਰ ਗਰੀਬ ਘਰਾਣਿਆਂ ਤਾਂ ਲੱਗਿਆ ਸਾਰੇ ਮਹਾਜਰੀਨ ਔਰ ਮੁਤਾਸਰੀਨ ਕੰਟਰੋਲ ਲਾਇਨ। ਜਿਸਲੇ ਇਹ ਹੁਕਮ ਹੋਈ ਗਿਆ ਉਸ ਤੋਂ ਬਾਅਦ ਮਾੜੇ ਖਿਆਲ ਵਿੱਚ ਇਹ ਹੈ ਬਈ ਇਹ ਨਹੀਂ ਹੋਣਾ ਚਾਹੀਦਾ ਦਰਖਾਸਤਬਾਜ਼ੀ। ਹੁਣ ਉਸ ਤੋਂ ਬਾਅਦ ਸਾਡੇ ਕੋਲ ਤਕਰੀਬਨ 7-8 ਦਰਖਾਸਤਾਂ ਮਹਿਕਮਾ ਮਾਲ ਦੀ ਤਰਫੋਂ ਡਿਪਟੀ ਕਮਿਸ਼ਨਰ ਸਾਹਿਬ ਚੌਧਰੀ ਯਾਸਰ ਸਾਹਿਬ ਦੀ ਤਰਫੋਂ ਮਾਲ ਕੋਈਆਂ ਰਾਜਾ ਰਹਿਮਤ ਸਾਹਿਬ ਕਾਸ਼ਿਫ ਫਿਰੋਜ਼ ਸਾਹਿਬ ਆਨੀ ਦੇ ਉਹ ਜਿਹੜੇ ਇੱਥੇ ਪੁੱਛ ਰਹੀਆਂ ਅਸਾਂ ਜਨਾਬ ਕਦੇ ਮਜ਼ਦੂਰੀ ਕਰਨ ਕੁਦਰੇ ਗਏ ਹੋਣੇ ਆ ਕਦੇ ਕੰਮ ਕਾਜ ਕੁਦਰੇ ਕਰਨੇ ਆ ਪੇ ਤਾਂ ਆਂ ਜਨਾਬ ਸਾਡੇ ਪਟਵਾਰੀ ਗਰਦਾਵਾ ਬੁਗੇ ਖੜਕਾਣੇ ਜੀ ਨਿਸ਼ਾਨਦੇਹੀ ਕਰਨੀ ਹੈ। ਮੈਂ ਇਸ ਚੀਜ਼ ਦੀ ਸਮਝ ਨਹੀਂ ਆਈ ਜੀ ਵੀ ਹੁਣ ਨਿਸ਼ਾਨਦੇਹੀ ਕੈਸੀ ਬਚਣੀ ਹੈ ਬਈ ਜਿਹੜੀ ਕਿ ਫਾਈਨਲ 26 ਸਫਾਤ ਦੀ ਰਿਪੋਰਟ ਜਿਹੜੀ ਇੱਥੇ ਮੌਜੂਦ ਹੈ ਮਹਿਕਮਾ ਮਾਲ ਵਿੱਚ ਮੌਜੂਦ ਹੈ ਸੁਪਰੀਮ ਕੋਰਟ ਵਿੱਚ ਮੌਜੂਦ ਹੈ ਉਸ ਤੋਂ ਬਾਅਦ ਖਤਮ ਆ ਚਾਹੀਦਾ ਸਿਲਸਿਲਾ। ਲੇਕਿਨ ਇਹ ਕਾਸ਼ਿਫ ਫਿਰੋਜ਼ ਔਰ ਰਾਜਾ ਰਹਿਮਤ ਖਾਨ ਸਾਹਿਬ ਇਹ ਇਸ ਉੱਪਰ ਕੋਈ ਫੋਕਸ ਨਹੀਂ ਕਰਨ ਲੱਗੇ ਹੋਏ ਔਰ ਇਸ ਕੀ ਪਤਾ ਨਹੀਂ ਕਿਹੜੇ ਪਾਸੇ ਖੰਨਾ ਚਾਹੁੰਦੇ। ਉਸ ਤੋਂ ਬਾਅਦ ਅਸਾਂ ਸੁਪਰੀਮ ਕੋਰਟ ਹਾਜ਼ਰ ਹੋਣ ਤੋਂ ਪਹਿਲਾਂ ਅਸਾਂ ਇੱਕ ਦਰਖਾਸਤ ਦਿੱਤੀ ਵੀ ਜਿਨ੍ਹਾਂ ਲੋਕਾਂ ਦਿੱਤੀਆਂ ਨਾ
ਅਸਾਂ ਕੀ ਜਗ੍ਹਾ ਸਾਡੇ ਬਾਬਾ ਜੀ ਦਾਦਾ ਆਏ ਸਨ ਜੰਮੂ ਕਸ਼ਮੀਰ ਤੋਂ, ਔਰ ਕੁਝ ਲੋਕ ਐਸੇ ਇੱਥੇ ਆਬਾਦ ਹਨ ਜਿਹੜੇ ਕਿ ਮੁਤਾਸਰ ਕੰਟਰੋਲ ਲਾਈਨ ਸਨ, ਜਿਨ੍ਹਾਂ ਨੇ ਬਾਰਡਰ ਦੇ ਉੱਪਰ ਮਲੂ ਘਾਲ ਹਨ, ਉਹ ਉੱਥੋਂ ਮੁਤਾਸਰ ਹੋਈ ਹੈ ਇੱਥੇ ਆਏ, ਇਸਲਾਮ ਦੀ ਖਾਤਰ ਉਹਨਾਂ ਕੁਰਬਾਨੀਆਂ ਵੀ ਦਿੱਤੀਆਂ ਔਰ ਇੱਜ਼ਤ ਕਰੀ ਹੈ ਇੱਥੇ ਆਏ। ਉਹਨਾਂ ਪੈਸਿਆਂ ਨੇ ਇਵਜ਼ ਇੱਥੇ ਦੇ ਮਕਾਮੀ ਦੇਣੇ ਵਰਸਾ ਕੋਈ ਪੈਸੇ ਦੇਈਏ ਤਾਂ ਇਹ ਰਕਬੇ ਖਰੀਦੇ। ਸਾਡੇ ਵੱਲ ਦੇਣਾ ਕੀ ਹੈ ਬਾਬਾ ਜੀ ਦਾਦੀ ਜਾਂ ਪੁਰਾਣੇ ਲੋਕ ਜਿਤਨੇ ਐਸਾ ਹੁੰਦਾ ਕਿ ਅੱਜ ਵੀ ਸੱਚੀ ਬਾਤ ਹੈ ਨਹੀਂ ਪਤਾ ਕਿਆ ਖਾਲਸਾ ਸਰਕਾਰ ਹੈ ਜਾਂ ਮਫੀਦੇ ਆਮਾ ਜਾਂ ਮਲਕੀਅਤ ਨਹੀਂ, ਅੱਜ ਵੀ ਨਹੀਂ ਸਮਝ। ਲੇਕਿਨ ਉਸ ਦੌਰ ਦਾ ਬਹੁਤ ਸਾਦਾ ਸੀ, ਇਹਨਾਂ ਕੋਲ ਬਰੂਏ ਬਿਆਨ ਫੀ ਰਕਬੇ ਖਰੀਦੇ ਗਏ। ਅਕਸਰੀਅਤ ਲੋਕ ਦੇ ਨੇ ਵਰਸਾ 'ਚ ਇਸਨੇ ਪਏ ਜਿਨ੍ਹਾਂ ਕੋਲੋਂ ਇਹ ਰਕਬੇ ਅਸਾਂ ਨੇ ਬਣਿਆ ਖਰੀਦੇ ਸਨ। ਤਕਰੀਬਨ 35-40 ਸਾਲ ਨਾ ਪੁਰਾਣੀਆਂ ਮੈਂ ਜਿਹੜਾ ਉਹ ਰਿਪੋਰਟ 'ਚ ਲਿਖੇ ਆ ਚੀਜ਼, ਔਰ ਮਕਾਨਾਤ ਸਾਰੇ ਉਹ ਇਸ ਚੀਜ਼ ਨੇ ਗਵਾਹੀ ਦੇਣੇ ਪਏ ਉਹ ਕਿਤਨੇ ਪੁਰਾਣੇ। ਉਸ ਤੋਂ ਬਾਅਦ ਜਨਾਬ ਬਲਕਿ ਸੁਪਰੀਮ ਕੋਰਟ ਜਾਣ ਤੋਂ ਪਹਿਲਾਂ ਅਸਾਂ ਇੱਕ ਦਰਖਾਸਤ ਦਿੱਤੀ ਵੀ ਇਹਨਾਂ ਲੋਕਾਂ ਪਰ ਕਾਰਵਾਈ ਕਰੋ ਜਿਨ੍ਹਾਂ ਦਿੱਤੀਆਂ, ਖਾਸ ਕਰੀਏ ਇੱਕ ਆਦਮੀ ਐਸਾ ਵੈ ਜਿਹੜਾ ਇੱਧਰ ਦਰਖਾਸਤ ਦਿੰਦਾ ਵੀ ਹੈ ਤਾਂ ਉੱਧਰ ਉਸ ਰਕਬਾ ਵੀ ਵੇਚਿਆ ਜਿਸ ਨੇ ਸਾਡੇ ਕੋਲ ਪਰੂਫ ਮੌਜੂਦ ਹਨ। ਠੀਕ ਹੈ, ਉਹ ਬੰਦਾ ਵੀ ਦਰਖਾਸਤ ਦੇਣਾ ਵਾ ਵੀ ਮਾਲਕੀ ਕਰੋ ਔਰ ਇਹ ਖਾਲੀ ਕਰੋ। ਮੈਂ ਦਰਖਾਸਤ ਦਿੱਤੀ ਵੀ ਇਹਨਾਂ ਪਰ ਕਾਰਵਾਈ ਕਰੋ, ਕੋਈ ਕਾਰਵਾਈ ਨਹੀਂ ਹੋਈ ਜੀ। ਠੀਕ ਹੈ, ਤਕਰੀਬਨ 9 ਮਾਹ ਕਬਲ ਦਰਖਾਸਤ ਦਿੱਤੀ ਹੈ, ਹਾਲਾਂ ਤੱਕ ਇਸ ਉੱਪਰ ਕੋਈ ਕਾਰਵਾਈ ਨਹੀਂ ਹੋਈ। ਇਹ ਉਸ ਕਾਸ਼ਿਫ ਫਿਰੋਜ਼ ਨਾਲ ਭਾਈ ਹੈ, ਯਾਸਰ ਫਿਰੋਜ਼ ਜਿਸ ਨੇ ਬਿਆਨ ਵੀ ਮੌਜੂਦ ਹੈ ਉਸ ਵਿੱਚ ਕਾਸ਼ਿਫ ਫਿਰੋਜ਼ ਸਾਹਿਬ ਬਤੌਰੇ ਗਵਾਹ ਉਹਨਾਂ ਨੇ ਸਿਗਨੇਚਰ ਇੱਥੇ ਮੌਜੂਦ ਹੈ। ਲੇਕਿਨ ਮਹਿਕਮਾ ਮਾਲ ਸਾਰੇ ਆਪਣੇ ਪਰ ਕੋਈ ਕਾਰਵਾਈ ਨਹੀਂ ਕੀਤੀ। ਇੱਕ ਦਰਖਾਸਤ ਮੈਂ ਇਸ ਦੌਰਾਨੀਏ ਦਿੱਤੀ ਵੇ ਮਫੀਦੇ ਆਮਾ ਰਕਬਾ ਤਲਾ ਜਿਹੜਾ ਕਿ ਆਪਣੇ ਬਰੂਟੀਆਂ ਦੇ ਨੇ, ਲੋਕਾਂ ਨੇ ਵੀ ਇਹ ਰਿਕੁਆਇਰਮੈਂਟ ਹੈ ਸਾਡੀ ਵੀ ਹੈ ਵੇ ਜਨਾਜ਼ਾ ਗਾਹ ਕਬਸਤਾਨ ਕੋਈ ਨਹੀਂ, ਉਸ ਵਾਸਤੇ ਦਰਖਾਸਤ ਦਿੱਤੀ ਇਸ ਦੌਰਾਨੀਏ ਤੋਂ ਤਕਰੀਬਨ ਪਹਿਲੇ ਮੈਂ ਦਿੱਤੀ। ਲੇਕਿਨ ਉਸ ਉੱਪਰ ਵੀ ਕੋਈ ਕਾਰਵਾਈ ਨਹੀਂ ਹੋਈ, ਉਹ ਵੀ ਮਾੜੇ ਕੋਲ ਰਿਕਾਰਡ ਹੀ ਮੌਜੂਦ ਹੈ, ਮਹਿਕਮਾ ਮਾਲ ਵਿੱਚ ਵੀ ਮੌਜੂਦ ਹੈ, ਕੋਈ ਉਸ ਉੱਪਰ ਇਨਪੁੱਟ ਆਊਟਪੁੱਟ ਅਸਾਂ ਕੀ ਨਹੀਂ ਮਿਲਿਆ। ਫਿਰ ਇਹ 26 ਸਵਾਦ ਦੀ ਰਿਪੋਰਟ ਹੁਣ ਇਸ ਤੋਂ ਬਾਅਦ ਤਕਰੀਬਨ ਇਸ ਫੈਸਲੇ ਨੇ ਆਉਣੇ ਤੋਂ ਬਾਅਦ ਤਕਰੀਬਨ 7-8 ਦਰਖਾਸਤਾਂ ਜਾਂ 7-8 ਮਰਤਬਾ ਅਸਾਂ ਕਿ ਵਾਰ ਵਾਰ ਫੋਨ ਇਸਨੇ ਹਰ ਜਮਰਾਤੀ ਜੁਮੇ ਜਾਂ ਹਰ ਮਹੀਨੇ ਬਾਅਦ ਜਿਹੜੀ ਕੋਈ ਪਹਿਲੀ ਡੇਟ ਇਸਨੀ ਹਾਂ ਜੀ ਤੁਸਾਣੀ ਇਸ ਚੀਜ਼ ਦਾ ਤੁਸੀਂ ਸਮੇਂ ਤੋਂ ਬਾਲਾ ਤਾਰਾ ਮਾੜੀ ਤੋਂ ਕੰਮ ਅਜ਼ ਕੰਮ ਇਹ ਅਕਾਮੇ ਬਾਲਾ ਇਸ ਚੀਜ਼ ਹੈ ਕਿ ਗਵਰਨਰ ਤੱਕਣ ਬਈ ਜਿਸ ਲੈ ਸੁਪਰੀਮ ਕੋਰਟ ਨਾਲ ਅਦਾਲਤ ਉਜ਼ਮਾ ਨਾਲ ਫੈਸਲਾ ਹੋਈ ਗਿਆ ਜਾਂ ਉੱਥੋਂ ਇਹਨਾਂ ਦਰਖਾਸਤ ਰਿਫਿਊਜ਼ ਹੋਏਗੀ, ਨਿਸ਼ਾਨਦੇਹੀ ਵੀ ਹੋਏਗੀ ਇੱਕ ਵਾਰ ਦੀ ਬਲਕਿ 15 ਮਰਤਬਾ ਹੋਈ ਜਿਹੜੀ ਆਖਰੀ ਮਾੜੇ ਕੋਲ ਮੌਜੂਦ ਹੈ, ਉਸ ਤੋਂ ਬਾਅਦ ਇਹ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ। ਬਾਕੀ ਮੈਂ ਆਵਾਮ ਇਲਾਕਾ ਕਿਵੇਂ ਰਿਕੁਐਸਟ ਕਰਨਾ ਵਾਂ ਵੀ ਅਗਰ ਅੱਜ ਸਾਡੇ ਨਾਲ ਆਉਣਾ ਪਹਿਲਾਂ ਸ਼ਾਇਦ ਮੁਮਕਣ ਹੈ, ਕੱਲ੍ਹ ਤੁਸਾਂ ਵਾਲੇ ਪਾਸਾ ਵੀ ਇੱਛਾ, ਸਾਡਾ ਸਾਥ ਦਿਓ ਔਰ ਸਾਡਾ ਇਸ ਮਾਮਲੇ 'ਚ ਸਾਡੀਆਂ ਦਸਤ ਬਾਜ਼ੂ ਬਣੋ ਔਰ ਇਕਾਮੇ ਬਾਲਾ ਕੀ ਇਹ ਗੱਲ ਆਖਸਾਂ ਜ਼ਰੂਰ, ਔਰ ਅੱਜ ਦੀ ਨਕਸਾਰੀ ਨਾਲ ਇਹ ਗੱਲ ਆਖਸਾਂ ਵੀ ਪਟਵਾਰੀ ਔਰ ਗਰਦਾਵਲ ਨੇ ਜ਼ਰੀਏ ਅਸਾਂ ਕੀ ਇਹ ਬੰਦਾ ਟਾਰਚਰ ਕਰਨਾ ਪਿਆ, ਅਗਰ ਕੋਈ ਕਿਸੇ ਕਿਸਮ ਨਾਲ ਇਸ ਏਰੀਏ ਵਿੱਚ ਜਾਂ ਇਸ ਇਲਾਕੇ ਵਿੱਚ ਨੁਕਸ ਅਮਨ ਬਣਨਾ ਉਸ ਜਵਾਬਦਾਰ ਔਰ ਤਮਾਮ ਤਾਰ ਜਵਾਬਦਾਰੀ ਇਹ ਫਰੀਕੈਨ ਜਿਹੜੇ ਦਰਖਾਸਤ ਦੇਣੇ ਵਾਲੇ ਔਰ ਮਹਿਕਮਾ ਮਾਲ ਨੇ ਜਿਹੜੇ ਲੋਕ ਹਨ ਜਿਹੜੇ ਟਾਰਚਰ ਕਰਦੇ ਪਏ ਅਸਾਂਗੇ ਇਹ ਉਹਨਾਂ ਪਰ ਜਾਣੀਏ ਵੀ ਇਸ ਤੋਂ ਕਬਲ 4 ਸਾਲ ਹੋਏ ਗਏ ਕੋਈ ਬੰਦਾ ਸਾਬਤ ਕਰਦਾ ਸਾਡੇ ਕੋਲ ਬੱਚੇ ਵੀ ਮਹਿਕਮਾ ਮਾਲ ਕੀ ਜਾਂ ਇਹਨਾਂ ਬੰਦਿਆਂ ਕੀ ਕੋਈ ਗਲਤ ਅਲਫਾਜ਼ ਬੋਲੇ ਹੋਣ ਜਾਂ ਉੱਚੇ ਅਲਫਾਜ਼ਾਂ ਬੋਲੇ ਹੋਣ, ਹੋ ਹੀ ਸਕਿਆ ਜਿੱਦਾਂ ਤੱਕ ਅਸਾਂ ਹੱਥ ਬੱਧੇ ਨਾਲ ਮਜ਼ਰਤੀ ਕੀਤੀ ਹੈ ਵੀ ਮਿਹਰਬਾਨੀ ਕਰੋ ਯਾਰ ਇਸ ਚੀਜ਼ਾਂ ਨੂੰ ਅਸੀਂ ਬਚਾਓ। ਲੇਕਿਨ ਉਹ ਉਸ ਗੱਲਾਂ ਵੀ ਨਹੀਂ ਮੰਨੇ, ਮੈਂ ਚੌਧਰੀ ਨੇਮ ਸਾਹਿਬ ਕੋਲ ਵੀ ਗਿਆ, ਦੌਲਤ ਅਹਿਮਦ ਕਾਸ਼ਿਫ ਸਾਹਿਬ ਕੋਲ ਵੀ ਗਿਆ, ਹੋਰ ਲੋਕ ਜਿਹੜੇ ਲੋਕਲ ਬੁਨਿਆਦੀ ਤੌਰ ਉੱਪਰ ਲੋਕ ਸਨ ਉਹਨਾਂ ਨੇ ਮਿਹਨਤ ਕੀਤੀ ਮਹਿ ਜੀ ਵੇ ਅਹਿਮਦ ਖਾਨ ਸਾਹਿਬ ਕੀ ਇਸ ਚੀਜ਼ ਤੋਂ ਬਾਜ਼ ਕਰੋ, ਉਹਨਾਂ ਵੀ ਆਪਣੀ ਜਗ੍ਹਾ ਅੱਲਾ ਭਲਾ ਕਰਿਆ, ਉਹਨਾਂ ਨਾਲ ਉਹਨਾਂ ਬੜੀ ਦਸਤ ਸ਼ਬਕਤ ਰੱਖਿਆ, ਉਹਨਾਂ ਇਸ ਬੰਦੇ ਕੀ ਅਪੀਲ ਕੀਤੀ। ਲੇਕਿਨ ਉਹਨਾਂ ਦੇ ਸਾਹਮਣੇ ਇਹ ਭਾਈ ਹੋਰ ਮੰਨੀ ਜਾਣੇ ਦੇ, ਲੇਕਿਨ ਦੂਏ ਦਾ ਜਾਈ ਹੈ ਤਹਿਸੀਲ 'ਚ ਤਾਂ ਤੁਸਾਂ ਜਿਹੜੀ ਕਾਨੂੰਨੀ ਕਾਰਵਾਈ ਬਣਨੀ ਹੈ ਉਹ ਸਾਰਾ ਕੁਝ ਬਣਾ ਰਿਹਾ।
ਲੇਕਿਨ ਅੱਲਾਹ ਤਾਲਾ ਜ਼ਾਤ ਨਾਲ ਮੈਂ ਬਹੁਤ ਹੀ ਨਿਹਾਇਤ ਮਸ਼ਕੂਰ ਹਾਂ। ਕਰੋੜਾਂ ਆ ਕਦਮ ਉਸ ਜ਼ਾਤ ਪਰ ਲਗਾ ਨੇ ਜਿਸ ਮਿਤੀ ਉੱਥੋਂ ਸੁਪਰੀਮ ਕੋਰਟ 'ਚ ਫਤਿਹ ਦਿੱਤੀ, ਔਰ ਉਸ ਤੋਂ ਬਾਅਦ ਹੁਣ ਖਾਮ ਖਾਈ ਇਹ ਨੁਕਸੇ ਅਮਨ ਬਣਾਉਣਾ ਚਾਹੁੰਦੇ ਪਏ। ਮੈਂ ਇਹ ਚੀਜ਼ ਨਾ ਚਾਹਵਾਂ। ਅਗਰ ਹੁਣ ਕਿਸੇ ਕਿਸਮ ਨਹੀਂ ਇਸ ਤਰ੍ਹਾਂ ਦੀ ਸਾਡੇ ਨਾਲ ਸ਼ਰਾਰਤ ਕੀਤੀ ਜਾਣੀ ਹੈ, ਉਸ ਨਾਲ ਤਮਾਮ ਤਾਂ ਜਵਾਬਦਾਰੀ ਮਹਿਕਮਾ ਮਾਲ ਭਰਾਓ ਆਪਣੀ ਸਫਾਈ ਬਿਆਨ ਕਰਨਾ। ਕਾਮੇ ਵਾਲਾ ਆਪਣੇ ਅੱਗੇ ਔਰ ਡਿਪਟੀ ਕਮਿਸ਼ਨਰ ਸਾਹਿਬ ਨਵੇਂ ਆਏ ਯਾਸਰ ਸਾਹਿਬ, ਉਹਨਾਂ ਕੀ ਇਹ ਵਜ਼ਾਤ ਮਹਿਕਮਾ ਮਾਲ ਨਾਲ ਕੰਮ ਮੈਂ ਦੇਣਾ, ਮਾੜਾ ਕੰਮ ਨਹੀਂ ਦੇਣਾ। ਮੈਂ ਜਾਂ ਵਾਮੇ ਇਲਾਕਾ ਕੀ ਵੀ, ਅਕਾਮੇ ਬਾਲਾ ਕੀ ਵੀ, ਔਰ ਇੰਤਜ਼ਾਮੀਆ ਕੀ ਵੀ, ਤਹਿਸੀਲ ਇੰਤਜ਼ਾਮੀਆ, ਜ਼ਿਲ੍ਹੇ ਇੰਤਜ਼ਾਮੀਆ ਕਿ ਮੈਂ ਅੱਜ ਵਾਜ਼ਿਆ ਪੈਗਾਮ ਦੇਣਾ ਪਿਆ ਵਾਂ ਵੀ ਇਸ ਤੋਂ ਅੱਗੇ ਹੁਣ ਸਾਡੇ ਕੋਲ ਕੋਈ ਹੋਰ ਚੀਜ਼ ਐਸੀ ਨਹੀਂ ਜਿਹੜੀ ਕਿ ਅਸਾਂ ਘਿਣੀਆਂ ਤੁਸਾਂ ਕੋਲ ਅੱਛਾ। ਵਮਾ ਲੈਣਾ ਇਲਾ।